ਝੋਨੇ ਦਾ ਹਲਦੀ ਰੋਗ, ਡੋਡੀ ਰੋਗ ਵੀ ਕਿਹਾ ਜਾਂਦਾ ਇਹਨੂੰ, ਗਟੋਲੀ ਰੋਗ ਵੀ ਕਿਹਾ ਜਾਂਦਾ, ਅਤੇ ਯੂਨੀਵਰਸਿਟੀ ਵੱਲੋਂ ਝੋਨੇ ਦੀ ਝੂਠੀ ਕਾਂਗਿਆਰੀ ਵੀ ਕਿਹਾ ਜਾਂਦਾ। ਇਹਦਾ ਸਾਲ 2024 ਇਸ ਵਾਰ ਜਾਣੀ ਕਿ ਬਹੁਤ ਜ਼ਿਆਦਾ ਹੈਵੀ ਅਟੈਕ ਆ, ਖਾਸ ਕਰਕੇ ਜਿਹੜੀਆਂ ਇਹਦੇ ਤੋਂ ਪੀੜਿਤ ਵਰਾਇਟੀਆਂ ਨੇ ਜਿਵੇਂ ਕਿ PR 126 ਅਤੇ ਪੀਲੀ ਪੂਸਾ, ਉਹਨਾਂ ਨੂੰ ਜ਼ਿਆਦਾ ਅਟੈਕ ਆ, ਜਾਂ ਉਹ ਖੇਤਾਂ ਦੇ ਵਿੱਚ ਅਟੈਕ ਆ ਜਿਹੜੇ ਖੇਤਾਂ ਦੇ ਵਿੱਚ ਪਿਛਲੇ ਸਾਲ ਇਹ ਬਿਮਾਰੀ ਆਈ ਤੀ, ਉਹ ਖੇਤਾਂ ਦੇ ਵਿੱਚ ਚਾਹੇ ਵਰਾਇਟੀ ਕੋਈ ਬਦਲ ਕੇ ਲੱਗ ਗਈ ਬਹੁਤ ਅਟੈਕ ਆ। ਇਹਦਾ ਸਲਿਊਸ਼ਨ, ਇਹਦੀ ਰੋਕਥਾਮ ਜਾਣੀ ਕਿ ਜਾਂ ਇਹਦਾ ਪਰਹੇਜ਼ ਕੀ ਕਰਿਆ ਜਾਵੇ, ਉਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਰਾਣਾ ਸੰਗਿਆਂ ਵਾਲਾ। ਆਹ ਆਪਣਾ ਝੋਨਾ ਉਹੀ ਹੈ ਜੀ ਜਿਹੜਾ ਤੁਹਾਨੂੰ ਅੱਗੇ ਵੀ ਮੈਂ ਦਿਖਾਇਆ ਸੀ, ਰਸਤੇ ਦੇ ਕੋਲ 2 ਯੂਰੀ ਲੱਗੇ ਨੇ ਇਹਨੂੰ, ਯਾਨੀ ਕਿ ਪਹਿਲਾ ਯੂਰੀਆ ਤਾਂ ਲਾਇਆ 18ਵੇਂ ਦਿਨ, ਦੂਸਰਾ ਜੂਨੀਆ ਫਿਰ ਉਦੋਂ ਬਾਅਦ 25ਵੇਂ ਦਿਨ, ਫਿਰ ਤੀਸਰਾ 30ਵੇਂ ਦਿਨ, ਪਹਿਲਾ ਯੂਰੀਆ 1 ਬੈਗ ਪੂਰਾ, ਪਹਿਲਾਂ ਵੀਡੀਓ 'ਚ ਵੀ ਤੁਹਾਨੂੰ ਦੱਸਿਆ ਗਿਆ, ਦੂਜਾ ਯੂਰੀਆ 1/2 ਬੈਗ, ਤੀਜਾ ਯੂਰੀਆ 1/2 ਬੈਗ, ਕੁੱਲ 2 ਯੂਰੀਏ ਪਰ ਏਕੜ ਦੇ ਹਿਸਾਬ ਨਾਲ। ਗਟੋਲੀ ਰੋਗ ਦੀ ਆਪਣੇ ਗੱਲ ਕਰਨੀ ਆ, ਗਟੋਲੀ ਰੋਗ ਦੀ ਪਹਿਲਾਂ ਤਾਂ ਪਹਿਚਾਣ ਕਰਨੀ ਸਿੱਖੋ ਵੀ ਗਟੋਲੀ ਰੋਗ ਕੀ ਆ। ਲਗਭਗ ਸਾਰੇ ਕਿਸਾਨਾਂ ਨੂੰ ਪਤਾ ਆਪਣੇ ਵੀ ਇਹ ਖੇਤ ਦੇ ਵਿੱਚ ਬਿਮਾਰੀ ਹੈਗੀ ਆ, ਇਹ ਪੂਸਾ 44 ਝੋਨਾ, ਆਹ ਦੇਖੋ ਗਟੋਲੀਆਂ ਬਣ ਗਈਆਂ ਪੂਰੀ, ਦੇਖੋ ਐਂ ਲੱਗਦਾ ਜਿਵੇਂ ਹਲਦੀ ਪਈ ਹੁੰਦੀ ਆ, ਠੀਕ ਹੈ ਜੀ। ਇਹ ਚੀਜ਼ਾਂ ਨੇ ਜਿਹੜੀਆਂ, ਇਹੀ ਗਟੋਲੀ ਰੋਗ ਨੇ ਜਾਂ ਇਹੀ ਆਪਣੇ ਖੇਤ ਦੇ ਵਿੱਚ ਅੱਗੇ ਵੱਧਦੀਆਂ ਨੇ। ਆਹ ਵੀ ਦੇਖੋ, ਇੱਥੇ ਵੀ ਦੇਖ ਸਕਦੇ ਹੋ, ਕਹਿਣ ਤੋਂ ਭਾਵ ਵੱਟਾਂ ਦੇ ਕੋਲ ਤਾਂ ਸ਼ੁਰੂ ਹੁੰਦਾ ਇਹ, ਫਿਰ ਵਿੱਚ ਨੂੰ ਜਾਂਦਾ, ਵੱਟਾਂ ਤੋਂ ਸਟਾਰਟ ਆ, ਆ ਬਾਹਰਲੇ ਪਾਸਿਓਂ ਆਪਣੇ ਵੀ ਸਟਾਰਟ ਆ। ਵਿੱਚ ਝੋਨਾ ਦਿਖਾਵਾਂ ਤੁਹਾਨੂੰ, ਵਿੱਚ ਨਹੀਂ ਹੈਗਾ ਹਜੇ, ਪਰ ਵਗ ਜੂਗਾ ਇਹ, 10-15 ਦਿਨਾਂ ਤੱਕ ਸਾਰੇ ਫਿਰ ਜਾਣਾ ਇਹਨੇ, ਪਹਿਲਾਂ ਆਲੇ ਦੁਆਲੇ ਦਾਣੇ ਜੇ ਪਹਿਲਾਂ ਪੱਕਣ ਲੱਗ ਗਏ ਇਸ ਕਰਕੇ ਪਹਿਲਾਂ ਸਟਾਰਟ ਹੋ ਗਿਆ। ਵਿੱਚੋਂ ਝੋਨਾ ਸਾਫ਼ ਆ ਹਜੇ, ਪਰ ਇਹਨੇ ਚਲਿਆ ਜਾਣਾ, ਪਹਿਚਾਣ ਕਰ ਲਈ, ਇਹਨੂੰ ਹੱਥ ਲਾਵਾਂਗੇ ਤਾਂ ਬਿਲਕੁਲ ਹਲਦੀ ਵਰਗਾ ਪਾਊਡਰ, ਵੱਟ ਦੇ ਆਪਾਂ ਕੋਲ ਦੀ ਲੰਘਾਂਗੇ ਤਾਂ ਕੱਪੜਿਆਂ ਦੇ ਉੱਤੇ ਪੀਲੀ ਪੀਲੀ ਹਲਦੀ ਜੰਮਣਾ, ਇਹ ਇਹਦੀ ਪਹਿਚਾਣ ਆ। ਦੂਜੇ ਨੰਬਰ 'ਤੇ ਆਪਾਂ ਹੁਣ ਰੋਕਥਾਮ ਕੀ ਕਰਨੀ ਆ, ਰੋਕਥਾਮ ਹੋਊਗੀ ਜੀ ਇਹਦੀ ਕੈਮੀਕਲ, ਕੈਮੀਕਲ ਰੋਕਥਾਮ ਹੋਊਗੀ। ਇੱਕ ਹੈਗੀ ਆ ਮੈਨੂਅਲੀ, ਮੈਨੂਅਲੀ ਰੋਕਥਾਮ, ਮੈਨੂਅਲੀ ਹੁੰਦੀ ਆ ਰੋਕਥਾਮ, ਵੀ ਜਿਵੇਂ ਖੇਤ ਨੂੰ ਸੁੱਕਾ ਵਹਾਈ ਕਰਨਾ, ਆਪਣਾ ਤੂੜੀ ਕਰਨ ਤੋਂ ਬਾਅਦ ਪਾਣੀ ਬਾਹਲੇ ਨਾ ਲਾਉਣਾ, ਇਹ ਹੁੰਦੀ ਆ ਰੋਕਥਾਮ। ਜਾਂ ਹੁਣ ਝੋਨੇ ਨੂੰ ਪਾਣੀ ਸੁਕਾ ਸੁਕਾ ਕੇ ਲਾਉਣਾ, ਇਹ ਮਤਲਬ ਵੱਟਾਂ ਦੇ ਕੋਲੋਂ ਐਂ ਫੁੱਟ ਫੁੱਟ 2-2 ਫੁੱਟ ਜਗ੍ਹਾ, ਆਹ ਦੇਖੋ ਰੋ ਖੁਸਕਾ ਵਿੱਚੋਂ ਗਿੱਲੀ ਪਈ ਆ, ਲਓ ਲੱਡੂ ਵੱਟਿਆ ਜਾਂਦਾ, ਇਹ ਹੋਰ ਥੋੜ੍ਹੀ ਜਿਹੀ ਚਲੀ ਜਾਵੇ ਅੱਗੇ, ਇੱਦਾਂ ਪਾਣੀ ਲਾਉਣਾ ਜਦੋਂ ਸਿੱਟਾ ਝੁੱਕ ਗਿਆ। ਨਾਲ ਗੱਲ ਨੋਟ ਕਰ ਲਿਆ ਕਰੋ, ਇਹ ਇਹਦੀ ਰੋਕਥਾਮ ਆ ਮੈਨੂਅਲੀ। ਅਤੇ ਕੈਮੀਕਲੀ ਰੋਕਥਾਮ ਕੀ ਆ, ਕੈਮੀਕਲੀ ਰੋਕਥਾਮ ਇਹਦੀ ਇਹ ਆ ਵੀ ਜਿਹੜੇ ਕੈਮੀਕਲ ਆਪਣੇ ਵਰਤਣੇ ਨੇ ਉਹ ਇਕੱਲੇ ਵਰਤਣੇ ਨੇ। ਇੱਕ ਮਾਰਕੀਟ ਦੇ ਵਿੱਚ ਗਲੇਲੀਓਵੇ ਦਾ ਬਹੁਤ ਚਰਚਾ, ਗਲੇਲੀਓਵੇ ਮਾੜਾ ਮੋਟਾ ਹੋ ਸਕਦਾ ਵੀ ਇਹਦੇ ਉੱਤੇ ਕੰਮ ਕਰਦੀ ਹੋਵੇ। ਆਹ ਦੇਖੋ ਇੱਥੋਂ ਵੀ ਦੇਖ ਲਓ, ਝੋਨਾ ਵਿੱਚੋਂ ਬਿਲਕੁਲ ਸਾਫ਼ ਆ, ਹਜੇ ਵਿੱਚ ਬਿਮਾਰੀ ਨੇ ਐਂਟਰ ਨਹੀਂ ਕਰਿਆ, ਸਾਈਡਾਂ 'ਤੇ ਪੂਰਾ ਦਬਦਬਾ ਬਣਾਇਆ ਹੋਇਆ ਸਾਈਡਾਂ 'ਤੇ, ਆਹ ਦੇਖ ਲਓ ਸਾਰੇ ਕਿਤੇ ਸਾਈਡਾਂ 'ਤੇ ਚੱਲ ਪਈ, ਸਟਾਰਟ ਹੋ ਗਈ। ਅਤੇ ਕੈਮੀਕਲੀ ਰੋਕਥਾਮ ਦੀ ਗੱਲ ਕਰਨੀ ਆ, ਮੈਨੂਅਲੀ ਤਾਂ ਤੁਹਾਨੂੰ ਦੱਸਤੀ ਵੀ ਸੁੱਕਾ ਖੇਤ ਵਾਹੁਣਾ,
ਅਤੇ ਖੇਤ ਨੂੰ ਪਾਣੀ ਸੁਕਾ ਕੇ ਲਾਉਣਾ। ਪਾਣੀ ਜਦੋਂ ਝੋਨਾ ਨਿਸਰਦਾ ਹੋਵੇ ਬੂਰ 'ਤੇ ਹੋਵੇ ਉਦੋਂ ਜਦੋਂ ਪਾਣੀ ਪੀ ਜਾਵੇ ਨਾਲ ਦੀ ਨਾਲ ਲਾਉਣਾ। ਜਦੋਂ ਸਿੱਟਾ ਝੁੱਕ ਜਾਵੇ ਉਦੋਂ ਸਾਈਡਾਂ ਤੋਂ ਫੁੱਟ ਫੁੱਟ ਦੋ ਦੋ ਫੁੱਟ ਜਗ੍ਹਾ ਚਿੱਟੀ ਹੋ ਜਾਵੇ ਫੇਰ ਲਾਉਣਾ, ਅਤੇ ਜੋ ਥੋੜ੍ਹਾ ਜਿਹਾ ਜਦੋਂ ਹੋਰ ਗੱਦਰ ਜਿਹਾ ਹੋ ਜਾਵੇ ਝੋਨਾ ਜਿਵੇਂ ਆਪਣੇ ਵਾਲਾ ਆਹ, ਫਿਰ ਇੱਕ ਇੱਕ ਕਰਮ ਤੱਕ ਚਿੱਟਾ ਹੋ ਜਾਵੇ ਫਿਰ ਪਾਣੀ ਲਾ ਦਵੋ, ਉਹ ਵੀ ਚੱਲ ਜੂਗਾ। ਤਾਂ ਵੀ ਕੰਡੀਸ਼ਨਾਂ ਚੱਲ ਜਾਂਦੀਆਂ ਨੇ, ਕੋਈ ਚੱਕਰ ਨਹੀਂ। ਵੀ ਆਪਾਂ ਨੇ ਹੁਣ ਜਿਹੜਾ ਕੈਮੀਕਲ ਮੈਥਡ ਆ ਉਹਦੀਆਂ ਦਵਾਈਆਂ ਦੇ ਬਾਰੇ ਗੱਲਬਾਤ ਕਰਾਂਗੇ। ਉਹਦੀ ਗੱਲਬਾਤ ਇਹ ਆ ਵੀ ਪਹਿਲਾਂ ਤਾਂ ਇੱਕ ਗਲੇਲੀਓ ਵੇ ਦਾ ਤੁਹਾਨੂੰ ਨਾਂ ਦੱਸਿਆ ਸੀ। ਗਲੇਲੀਓ ਵੇ ਦਾ ਥੋੜ੍ਹਾ ਬਹੁਤ ਰਿਜ਼ਲਟ ਆ, ਬਹੁਤਾ ਵੱਡਾ ਨਹੀਂ। ਜਿਵੇਂ ਮੰਨ ਲਓ ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ, ਇੱਕ ਟਰੈਕਟਰ ਦਾ ਉਹ ਹੁੰਦਾ ਜਿਹੜਾ ਪੀ ਟੀ ਓ ਦਾ ਸਪੈਸ਼ਲਿਸਟ ਆ, ਇੱਕ ਟਰੈਕਟਰ ਉਹ ਹੁੰਦਾ ਜਿਹਦਾ ਟਾਇਰਾਂ ਦਾ ਗ੍ਰਿਪ ਸਪੈਸ਼ਲਿਸਟ ਆ ਵੀ ਉਹ ਖਿਚਾਈ ਦਾ ਕੰਮ ਵੱਧ ਕਰਦਾ, ਇੱਕ ਟਰੈਕਟਰ ਉਹ ਹੁੰਦਾ ਜਿਹੜਾ ਟਾਇਰਾਂ ਦਾ ਵੀ ਕੰਮ ਵਧੀਆ ਕਰੀ ਜਾਂਦਾ, ਪੀ ਟੀ ਓ ਦਾ ਵੀ ਕੰਮ ਵਧੀਆ ਜਾਂਦਾ, ਰਲਵਾਂ ਮਲਵਾਂ ਕੰਮ ਕਰੀ ਜਾਂਦਾ, ਉਹ ਦੋਵੇਂ ਕੰਮ ਸਾਰ ਦਿੰਦਾ। ਇੱਦਾਂ ਹੀ ਜਿਹੜੇ ਗਲੀਲੀਓ ਵੇ ਆ, ਨੈਟੀਵੋ ਆ, ਐਮੀ ਸਟਾਰਟੋਪ ਆ, ਟਾਟਾ ਐਰਗੋਨਾ, ਟਾਟਾ ਯਾਨਾ, ਇਹ ਦਵਾਈਆਂ ਨੇ ਜਿਹੜੀਆਂ ਰਲਵਾਂ ਮਲਵਾਂ ਕੰਮ ਕਰੀ ਜਾਂਦੀਆਂ ਨੇ ਸਾਰੇ, ਯਾਨੀ ਕਿ ਸਾਰੀਆਂ ਬਿਮਾਰੀਆਂ ਲਈ ਵਧੀਆ ਕੰਟਰੋਲ ਕਰੀ ਜਾਂਦੀਆਂ ਨੇ ਥੋੜ੍ਹੀਆਂ ਥੋੜ੍ਹੀਆਂ। ਪਰ ਜਿਹੜਾ ਮੇਜਰ ਅਟੈਕ ਆਉਣਾ ਕਿਸੇ ਬਿਮਾਰੀ ਦਾ ਉਹਦੇ ਲਈ ਇਹ ਸਫੀਸੈਂਟ ਨਹੀਂ ਹੈਗੀਆਂ। ਮੰਨ ਲਓ ਜੇ ਸੀਤ ਬਲਾਈਟ ਇੱਕ ਤਰ੍ਹਾਂ ਦੀ ਬਹੁਤ ਜ਼ਿਆਦਾ ਸਟਰੋਂਗ ਮਾਤਰਾ ਦੇ ਵਿੱਚ ਆ ਜਾਵੇ ਤਾਂ ਇਹਨਾਂ ਦੀ ਆਪਾਂ ਨੂੰ ਬਹੁਤ ਪਰਹੇਜ਼ ਨਾਲ ਪੂਰੇ ਧਿਆਨਪੂਰਵਕ ਸਪਰੇਅ ਕਰਨੀ ਪਊ ਇਹ ਟੈਕਨੀਕਲਾਂ ਦੀ ਵੀ, ਤਾਂ ਇਹ ਕੰਮ ਕਰਨਗੀਆਂ ਵਧੀਆ, ਕਿਉਂਕਿ ਇਹ ਉਹ ਕੰਮਾਂ ਵਾਸਤੇ ਬਣੀਆਂ ਹੋਈਆਂ ਨੇ। ਪਰ ਫਾਲਸ ਸਮੱਟ ਵਾਸਤੇ ਇਹ ਨਹੀਂ ਬਣੀਆਂ ਹੋਈਆਂ, ਫਾਲਸ ਸਮੱਟ ਵਾਸਤੇ ਇਹ ਸਪੈਸ਼ਲਿਸਟ ਨਹੀਂ ਹੈਗੀਆਂ, ਟੌਪ ਨਹੀਂ ਹੈਗੀਆਂ ਇਹ ਕਹਿ ਸਕਦੇ ਹਾਂ ਆਪਾਂ। ਫਾਲਸ ਸਮੱਟ ਲਈ ਕਿਹੜੀਆਂ ਜ਼ਿਆਦਾਤਰ ਟੈਕਨੀਕਲ ਮਸ਼ਹੂਰ ਨੇ? ਇੱਕ ਤਾਂ ਸੰਜੇਟਾ ਦੀ ਕਪਚ ਨਾਂ 'ਤੇ ਜਾਣਦੇ ਨੇ ਲੋਕ, ਜਤਾਊ ਦੇ ਨਾਂ 'ਤੇ ਜਾਣਦੇ ਨੇ, ਜਾਂ ਕੋਰੋਮੰਡਲ ਦੀ ਸਭ ਤੋਂ ਪਹਿਲਾਂ ਜਤਾਊ ਆਈ ਦੀ ਪਤਾ ਨਹੀਂ ਜਤਾਊ ਆ ਉਹਦੇ ਨਾਂ 'ਤੇ ਜਾਣਦੇ ਨੇ, ਉਹ ਬਹੁਤ ਮਸ਼ਹੂਰ ਆ। ਜਾਂ ਟਾਟਾ ਦੀ ਬਲਾਈਟੋਕਸ ਉਹ ਬਹੁਤ ਮਸ਼ਹੂਰ ਆ, ਜਾਂ ਡਿਊ ਪਾਉਂਡ ਦੀ ਕੁਸਾਈਡ। ਪਰ ਆਪਾਂ ਹੁਣ ਕਿਹੜੀ ਕਰਨੀ ਆ? ਆਪਣੇ ਲਵੇ ਤਾਂ ਜੀ ਇੱਕੋ ਇੱਕ ਸਲਿਊਸ਼ਨ ਆ, ਜਿਹੜੀ ਜਤਾਊ ਅਤੇ ਕਵਚ ਦੀ ਗੱਲ ਕਰਦਾ ਮੈਂ ਸੰਜੇਟਾ ਦੀ, ਉਹ ਟੈਕਨੀਕਲ ਪੁਰਾਣਾ ਹੋ ਚੁੱਕਿਆ ਅਤੇ ਉਹਦਾ ਕੋਈ ਬਹੁਤਾ ਰਿਜ਼ਲਟ ਨਹੀਂ ਰਿਹਾ ਹੁਣ ਖੇਤਾਂ ਵਿੱਚ, ਚਾਹੇ ਕਿਸੇ ਬੰਦੇ ਨੇ ਉਹ ਵਰਤਿਆ ਚਾਹੇ ਨਾ ਵਰਤਿਆ, ਜਾਂ ਕੰਪਨੀ ਨੇ ਉਹਦੀ ਕੁਆਲਿਟੀ ਘਟਾਤੀ, ਉਹਨੇ ਇੰਨਾ ਵਧੀਆ ਰਿਜ਼ਲਟ ਨਹੀਂ ਦਿੱਤਾ। ਫਿਰ ਆਪਣੇ ਲਵੇ ਕਿਹੜੇ ਆਪਸ਼ਨ ਬਚ ਗਏ? ਆਪਣੇ ਕੋਲ ਬਚ ਗਏ ਕੋਪਰ, ਹੋਰ ਵੀ ਬਹੁਤ ਆਉਂਦੇ ਨੇ ਜਿਵੇਂ ਅਡਾਮਾ ਦਾ ਮਾਸਟਰ ਕੋਪ ਆਉਂਦਾ ਕੋਪਰ ਹੈ ਵੀ, ਅਤੇ ਜਾਂ ਕੁਸਾਈਡ 3000 ਭਾਰਤ ਸਾਟਿਸ ਦਾ ਆਉਂਦਾ ਇਹ ਵੀ ਕੋਪਰ ਆ। ਪਰ ਆਪਾਂ ਗੱਲ ਕਰਾਂਗੇ ਦੋ ਦੀ ਜਿਹੜੇ ਪੂਰੇ ਸੋਲਿਡ ਨੇ ਇਸ ਕੰਮ ਲਈ, ਬਲਾਈਟੋਕਸ ਅਤੇ ਕੁਸਾਈਡ। ਕੁਸਾਈਡ 2000 ਡਿਊ ਪਾਉਂਡ ਦਾ ਉਹਦਾ ਨਾਮ ਆ, ਕੁਸਾਈਡ 2000 ਕੋਈ ਰੇਡ ਰੂਟ ਨਾ ਸਮਝ ਲਿਓ ਵੀਰ। ਜਿਹੜਾ ਬਲਾਈਟੋਕਸ ਆ, ਬਲਾਈਟੋਕਸ ਤਾਂ ਆਪਾਂ ਝੋਨਾ ਨਿਸਰਨ ਤੋਂ ਪਹਿਲਾਂ ਪਹਿਲਾਂ ਕਰ ਸਕਦੇ ਹਾਂ ਜੀ, ਕਿਉਂਕਿ ਜੇ ਉਹਨੂੰ ਬਾਅਦ ਕਰਾਂਗੇ ਤਾਂ ਉਹ ਦਾਣਾ ਕਾਲਾ ਕਰਦਾ, ਉਹਨੂੰ ਤਾਂ ਲਿਸਟ 'ਚੋਂ ਕੱਢ ਦਿਉ। ਹੁਣ ਆਪਣੇ ਲਵੇ ਕਿਹੜੀ ਆਪਸ਼ਨ ਰਹਿ ਗਈ? ਆਪਣੇ ਲਵੇ ਆਪਸ਼ਨ ਰਹਿ ਗਈ ਕੁਸਾਈਡ 2000 ਦੀ ਡਿਊ ਪਾਉਂਡ, ਜਾਂ ਕੋਟੇਵਾ ਕੰਪਨੀ 'ਚ, ਕੋਟੇਵਾ ਕੰਪਨੀ ਦੇ ਨਾਂ 'ਤੇ ਮਿਲਦਾ ਕੁਸਾਈਡ 2000। ਜਿਵੇਂ ਆਪਣੇ ਹੁਣ ਇਹ ਸਟਾਰਟ ਹੋ ਗਿਆ ਕੰਮ ਅਤੇ ਖੇਤ ਦੇ ਵਿੱਚ ਨੂੰ ਵੱਧਦਾ ਜਾਊਗਾ ਹੁਣ ਇਹ ਹਲਦੀ ਰੋਗ, ਅਤੇ ਆਪਾਂ ਨੂੰ ਉਹ ਡੋਜ਼ ਪਾਉਣੀ ਚਾਹੀਦੀ ਆ 500 ਗ੍ਰਾਮ ਪਰ ਏਕੜ ਦੇ ਹਿਸਾਬ ਨਾਲ, ਅਤੇ ਉਹਦਾ 1 ਕਿਲੋ ਦਾ ਆਪਾਂ ਰੇਟ ਦੱਸ ਦਿੰਦੇ ਹਾਂ 17-1800 ਦੇ ਨੇੜੇ ਤੇੜੇ ਮਿਲਦਾ ਉਹ, ਯਾਨੀ ਕਿ 1650 ਤੋਂ ਸਟਾਰਟ ਹੋ ਜਾਂਦਾ, 1650 ਤੋਂ ਲੈ ਕੇ 1800 ਦੇ ਵਿੱਚ ਮਿਲ ਜਾਂਦਾ 1 ਕਿਲੋ, ਅਤੇ 2 ਏਕੜਾਂ ਦਾ 1 ਕਿਲੋ ਹੁੰਦਾ ਉਹ। 500 ਗ੍ਰਾਮ ਦੇ ਹਿਸਾਬ ਨਾਲ ਪਊਗੀ ਡੋਜ਼ ਜਦੋਂ ਆਪਣੇ ਵਾਲੀ
ਕੰਡੀਸ਼ਨ ਹੋ ਜਾਵੇ ਝੋਨੇ ਦੀ ਵੀ, ਮੰਨ ਲਓ ਬਿਮਾਰੀ ਸਟਾਰਟ ਹੋ ਗਈ, ਕ੍ਰਿਟੀਕਲ ਕੰਡੀਸ਼ਨ ਹੋ ਸਕਦੀ ਆ। ਜੇ ਆਪਾਂ ਨੇ ਪ੍ਰਿਵੈਂਟਿਵ ਦੇ ਤੌਰ 'ਤੇ ਕਰਨਾ, ਮੰਨ ਲਓ ਪਹਿਲਾਂ ਹੀ ਕਰਨਾ ਵੀ ਕਿਤੇ ਆਪਣੇ ਬਿਮਾਰੀ ਇਹ ਆ ਨਾ ਜਾਵੇ, ਤਾਂ 400 ਗ੍ਰਾਮ ਯੂਨੀਵਰਸਿਟੀ ਨਹੀਂ ਕਹਿੰਦੀ ਇਹ, 400 ਗ੍ਰਾਮ ਕੰਪਨੀ ਕਹਿੰਦੀ ਆ, 500 ਗ੍ਰਾਮ ਯੂਨੀਵਰਸਿਟੀ ਕਹਿੰਦੀ ਆ। 400 ਗ੍ਰਾਮ ਪਰ ਏਕੜ ਦੇ ਹਿਸਾਬ ਨਾਲ, ਫਿਰ 2.5 ਏਕੜਾਂ ਦੇ ਵਿੱਚ ਜਾਂ 1 ਹੈਕਟੇਅਰ ਦੇ ਵਿੱਚ 1 ਕਿਲੋ ਇਹਦੀ ਸਪਰੇਅ ਕਰਨੀ ਆ। ਪਾਣੀ ਇਹਦੇ 'ਤੇ ਘੱਟੋ ਘੱਟ 150 ਲੀਟਰ ਲਾਉਣਾ, 150 ਲੀਟਰ ਤੋਂ ਜੇ ਪਲੱਸ ਲਾ ਦੋਗੇ, 200 ਲੀਟਰ ਲਾ ਦੋਗੇ ਤਾਂ ਮੱਚ ਬੈਟਰ ਆ, 200 ਲੀਟਰ 'ਤੇ ਫੁੱਲ ਰਿਜ਼ਲਟ ਦਿੰਦਾ। ਉਸ ਤੋਂ ਬਾਅਦ ਪਰਹੇਜ਼, ਇਹ ਦਵਾਈ ਦੀ ਸਪਰੇਅ ਕਰਨ ਤੋਂ ਬਾਅਦ ਵੀ ਪਾਣੀ ਦਾ ਪਰਹੇਜ਼ ਰੱਖਣਾ ਨਾਲ, ਜਿਹੜਾ ਥੱਲੇ ਪਾਣੀ ਲਾਉਣਾ ਮੋਟਰ ਚਲਾ ਕੇ ਪਾਣੀ ਸੁਕਾ ਕੇ ਲਾਉਣਾ, ਆਲੇ ਦੁਆਲੇ ਐਨ ਜਗ੍ਹਾ ਇੰਨੀ ਸੁੱਕ ਜਾਵੇ ਜਿੰਨੀ ਤੁਹਾਨੂੰ ਦੱਸਿਆ, ਵੀ ਪਹਿਲਾਂ ਫੁੱਟ ਫੁੱਟ ਸੁੱਕੇ 'ਤੇ ਪਾਣੀ ਲਾ ਦਿਉ, ਜਦੋਂ ਸਿੱਟਾ ਪੂਰਾ ਜਦੀ ਝੁੱਕ ਗਿਆ ਗੱਦਰ ਹੋ ਗਿਆ, ਫਿਰ ਤੁਸੀਂ 2 ਫੁੱਟ 3 ਫੁੱਟਾਂ ਹੀ ਵਧਾਉਂਦੇ ਜਾਓ, ਗਰਮ ਤੱਕ ਲੈ ਜਾਓ, 1 ਗਰਮ ਸੁੱਕੇ 'ਤੇ ਪਾਣੀ ਲਾਉਂਦੇ ਰਹੋ, ਇਸ ਤੋਂ ਜ਼ਿਆਦਾ ਨਾ ਵਧਾਇਓ। ਇਹ ਪਰਹੇਜ਼ ਆ। ਜਿਵੇਂ ਡਾਕਟਰ ਤੋਂ ਆਪਾਂ ਗਲਾ ਦੁਖਦਾ ਜਾਂ ਜ਼ੁਕਾਮ ਹੋ ਗਿਆ, ਖੰਘ ਹੋ ਗਈ, ਦਵਾਈ ਲੈਣ ਜਾਂਦੇ ਹਾਂ, ਉਹ ਦਵਾਈ ਤਾਂ ਦੇ ਦਿੰਦਾ ਪਰ ਆਪਾਂ ਨੂੰ ਇਹ ਕਹਿੰਦਾ ਨਾਲ ਵੀ ਖੱਟੀ ਅਤੇ ਤਲੀ ਹੋਈ ਚੀਜ਼ ਨਹੀਂ ਖਾਣੀ। ਇਹ ਪਰਹੇਜ਼ ਆ। ਇੱਦਾਂ ਪਾਣੀ ਲਾਉਣ ਦਾ ਪਰਹੇਜ਼ ਆ, ਸਪਰੇਅ ਕਰਨ ਦੇ ਵਿੱਚ ਵੀ ਪਾਣੀ ਵੱਧ ਲਾਉਣਾ ਪਰਹੇਜ਼ ਆ, ਅਤੇ ਬਾਅਦ ਵਿੱਚ ਇਹਦਾ ਥੱਲੇ ਮਿੱਟੀ ਦੇ ਵਿੱਚ ਵੀ ਪਾਣੀ ਧਿਆਨ ਨਾਲ ਲਾਉਣਾ ਸੁਕਾ ਕੇ, ਜਿਵੇਂ ਤੁਹਾਨੂੰ ਦੱਸਿਆ, ਇਹ ਵੀ ਪਰਹੇਜ਼ ਆ। ਜੇ ਕਿਸੇ ਵੀਰ ਦਾ ਹੋਰ ਸਵਾਲ ਆ, ਵਟਸਐਪ ਗਰੁੱਪ ਵੀ ਜੁਆਇਨ ਕਰ ਸਕਦਾ ਅਤੇ ਕਮੈਂਟ ਦੇ ਵਿੱਚ ਵੀ ਦੱਸ ਸਕਦਾ। ਵਟਸਐਪ ਗਰੁੱਪ ਦਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਊਗਾ, ਡਾਕਟਰ ਖੇਤੀ ਨਾਂ 'ਤੇ ਵਟਸਐਪ ਗਰੁੱਪ ਬਣਾਇਆ ਹੋਇਆ ਆਪਣਾ, ਅਤੇ ਕਮੈਂਟ ਦੇ ਵਿੱਚ ਵੀ ਜਿਹੜਾ ਕੋਈ ਕਿਸੇ ਵੀਰ ਦਾ ਸਵਾਲ ਜਵਾਬ ਹੋਊਗਾ ਛੋਟੇ ਸ਼ਬਦਾਂ ਦੇ ਵਿੱਚ ਆਨਸਰ ਦੇਣ ਵਾਲਾ, ਉਹ ਵੀ ਆਪਾਂ ਰਿਪਲਾਈ ਜ਼ਰੂਰ ਦੇਵਾਂਗੇ। ਧੰਨਵਾਦ ਜੀ ਸਾਰਿਆਂ ਦਾ। ਅਤੇ ਬਸ ਗੱਲ ਮੈਂ ਉਹੀ ਤੁਹਾਨੂੰ ਕਰ ਦੇਣਾ ਚਾਹੁੰਦਾ ਵੀ ਖੇਤਾਂ ਦਾ ਧਿਆਨ ਰੱਖਦੇ ਰਹੋ, ਇਹ ਬਿਮਾਰੀ ਪੀਕ ਪੁਆਇੰਟ 'ਤੇ ਹੋਣ ਜਾ ਰਹੀ ਆ ਇਸ ਸਾਲ, ਅਤੇ ਇਹ ਸਪਰੇਅ ਇਕੱਲੀ ਹੋਊਗੀ ਜੀ। ਇੱਕ ਤੁਹਾਨੂੰ ਮੈਂ ਹੋਰ ਗੱਲ ਨੋਟ ਡਾਊਨ ਕਰ ਦੇਣਾ ਚਾਹੁੰਦਾ, ਇਹ ਸਪਰੇਅ ਆ ਜਿਹੜੀ ਕੋਸਾਈਡ ਜਾਂ ਬਲਾਈਟੌਕਸ, ਇਹਨੂੰ ਤੁਸੀਂ ਕਿਸੇ ਨਾਲ ਮਿਕਸ ਨਹੀਂ ਕਰ ਸਕਦੇ। ਬਹੁਤ ਕਿਸਾਨ ਵੀਰ ਕਹਿਣਗੇ ਅਸੀਂ ਤਾਂ ਮਿਕਸ ਕਰ ਦਿੰਦੇ ਹਾਂ, ਦੇਖੋ ਮਿਕਸ ਕਰ ਸਕਦੇ ਹੋ ਇਹਨੂੰ, ਮੰਨ ਲਓ ਓਕਣ ਨਹੀਂ ਮਿਕਸ ਕਰ ਸਕਦੇ ਵੀ ਤੁਸੀਂ, ਜੇ ਮੰਨ ਲਓ ਤੁਸੀਂ ਇਹਨੂੰ ਮਿਕਸ ਕਰਤਾ ਕਰਕੇ ਸਲਿਊਸ਼ਨ ਫਟ ਗਿਆ ਜਾਂ ਕਿਸੇ ਦਵਾਈ ਨਾਲ ਰਿਐਕਸ਼ਨ ਕਰ ਗਿਆ, ਤਾਂ ਤੁਹਾਡਾ ਝੋਨਾ ਰਾਊਂਡ ਅਪ ਵਾਂਗੂ ਸੁੱਕੂਗਾ, ਇਹਦਾ ਇਹ ਉਹ ਆ। ਇਸ ਕਰਕੇ ਕਹਿਣਾ ਵੀ ਇਹਨੂੰ ਤੁਸੀਂ ਮਿਕਸ ਨਹੀਂ ਕਰ ਸਕਦੇ, ਇਹਨੂੰ ਇਕੱਲੀ ਨੂੰ ਸਪਰੇਅ ਕਰਨਾ, ਇਕੱਲੀ ਨੂੰ ਹੀ, ਇਹਦੇ ਵਿੱਚ ਕੋਈ ਵੀ ਦਵਾਈ ਮਿਕਸ ਨਹੀਂ ਕਰ ਸਕਦੇ। ਧੰਨਵਾਦ ਜੀ।